अज पीआरटीसी के डिपू चंडीगढ़ विखे 29 बसा हरी झंडी दे के रवाना कर पहला भी असि पंजाब रोडवेज दियां पट्टी डिपू तो 28 बसा कुछ दिन पहला ही भेजिया गई ए जो ट्रांसपोर्ट माफिया प्राइवेट माफिया ओनू ठल पहुंच वड्डी सफलता मिलेगी और थोड़े समय च असी भर्ती भी करांगे ड्राइवर की कंडक्टर की जिन्हें मुलाजमान की लोड़ होगी जो असी पंजाब के मालिए बचाने लिए पंजाब के खजाने भरने लिए जिहड़ा साडा ट्रांसपोर्ट महकमा उहदा वड्डा योगदान पा सकीए। बिलकुल इनलीगल बसा जिहड़ियां वोल्वो बसा दूजिया राज्यां चों आ के इत्थे टैक्स दिते तो बिना इत्थों आ के वापस चल जांदियां सन उन्होंने अगे एक बस न 55,000 के करीब जुर्माना पैंदा सी वह भी असं ऑनलाइन करांगे कि जे एक बस न एक टाइम से 55,000 जुर्माना पवे तो वह ऑनलाइन हो दूसरी बार उन्होंने 1,08,000 तो उदों अगली बार उन्होंने इंपोर्ट किया जा सके जो वार बार कला 55,000 जुर्माना दे के ना बच सके उन्होंने पता हो जे असी इतने नजायज अपनी बसा लैके आवेंगे नजायज एंट्री करांगे तो साडियां बसा इंपोर्ट भी हो सकदियां ते जेड़ी पहली सरकार दे समय साड़ी पीआरटीसी नूं आमदन सी वह पिछली मार्च 2021 दे विच 1,76,00,000 रुपया जिहड़ा रोज की आमदन सी जिहड़ी अज इस मार्च दे विच 2,01,00,000 रुपया हो गई। साड़ी सरकार दे दौरान इन्हां दसा दिनां दी आमदन अप्रैल दे दसा दिनां दी आमदन एक दिन की रोजाना की 2,20,00,000 रुपया रेशो आ रही है जिहड़ी पिछली सरकार के मुकाबले ਤੁਸੀਂ ਉਹਦਾ ਕੰਪੈਰੀਜ਼ਨ ਕਰ ਸਕਦੇ ਜੇ 1,76,00,000 ਸੀ ਰੋਜ਼ਾਨਾ ਦੀ ਸਾਡੀ 2,20,00,000 ਰੋਜ਼ਾਨਾ ਦੀ ਆਮਦਨ ਹੋ ਗਈ ਆ। ਲੀਕੇਜ ਕਿੱਥੇ ਸੀ? ਲੀਕੇਜ ਵੇਖੋ ਹਰ ਥਾਂ ਦੇ ਲੀਕੇਜ ਆ ਸਾਡੇ ਜਿਹੜੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਅਧਿਕਾਰੀ ਭ੍ਰਿਸ਼ਟ ਨੇ ਕੁਝ ਅਧਿਕਾਰੀ ਵੀ ਰਲੇ ਆ ਤੇ ਜਦੋਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਆ ਕਿ ਜਿਹੜੇ ਮੰਤਰੀ ਸੰਤਰੀ ਉੱਤੋਂ ਲੈ ਕੇ ਥੱਲੇ ਤੱਕ ਸਾਰਾ ਤਾਣਾ ਬਾਣਾ ਹੀ ਵਿਗੜਿਆ ਪਿਆ ਸੀ ਤੇ ਵੇਖੋ ਚੰਗੀ ਸਰਕਾਰ ਬਣੀ ਹੈ ਲੋਕਾਂ ਆਸ ਨਾਲ ਵੋਟ ਪਾਈ ਹੈ। ਜਿਹੜੀਆਂ ਬੱਸਾਂ ਤੁਸੀਂ ਨਵੀਆਂ ਹੁਣ ਪਾ ਰਹੇ ਹੋ ਜਿਹੜੀਆਂ ਪਿਛਲੀ ਸਰਕਾਰ ਵੇਲੇ ਰਾਜਾ ਵੜਿੰਗ ਹੋਰਾਂ ਦੇ ਹੁੰਦਿਆਂ ਜਿਹੜੀ ਆਰਡਰ ਕੀਤੀ ਇਸ ਕੀ ਇਸ ਉਸੇ ਲੋਟ ਦੇ ਵਿੱਚੋਂ ਆ ਰਹੀਆਂ ਇਹ ਉਸੇ ਲੋਟ ਦੇ ਵਿੱਚੋਂ ਹੀ ਆ ਰਹੀਆਂ ਜਿਹੜੀਆਂ ਉਸ ਲੋਟ ਦੇ ਵਿੱਚੋਂ ਰਹਿੰਦੀਆਂ ਬੱਸਾਂ ਸਨ ਤੇ ਹੁਣ ਅਸੀਂ ਵੀ ਆਪਣੀ ਸਰਕਾਰ ਵੱਲੋਂ ਜਿੱਥੇ ਵੀ ਜ਼ਰੂਰਤ ਹੋਵੇਗੀ ਨਵੀਆਂ ਬੱਸਾਂ ਦੀ ਨਵੇਂ ਮੁਲਾਜ਼ਮਾਂ ਦੀ ਉਹ ਵੀ ਕੈਬਨਿਟ ਦੇ ਵਿੱਚ ਵਿਚਾਰ ਚਰਚਾ ਕਰਕੇ ਉਹ ਵੀ ਜਲਦੀ ਲਾਗੂ ਕਰਾਂਗੇ। ਸਰ ਪਨਬਸ ਦੇ ਕਰਮਚਾਰੀ ਹੜਤਾਲ ਤੇ ਬੈਠੇ ਨੇ ਉਹ ਤਨਖਾਹ ਦੀ ਵੀ ਗੱਲ ਕਰ ਰਹੇ ਨੇ ਹੋਰ ਵੀ ਕਈ ਸਾਰੀ ਮੰਗਾਂ ਨੇ ਉਸ ਨੂੰ ਅਸੀਂ ਕੀ ਕਰੂੰ ਲੈ ਕੇ ਕੰਟੈਕਟ ਵੇਖੋ ਉਹ ਸਾਡੇ ਹੀ ਭੈਣ ਭਰਾ ਨੇ ਸਾਡੇ ਪਰਿਵਾਰ ਦਾ ਹਿੱਸਾ ਨੇ ਉਹਨਾਂ ਨੇ ਵੀ ਸਾਨੂੰ ਵੋਟਾਂ ਪਾਈਆਂ ਤੇ ਜੋ ਵੀ ਉਹਨਾਂ ਦੇ ਹੱਕ ਹਕੂਕ ਹੋਣਗੇ ਉਹਨਾਂ ਨਾਲ ਉਹਨਾਂ ਦੇ ਭਰਾ ਦਾ ਵਾਅਦਾ ਉਹਨਾਂ ਦੇ ਹੱਕ ਲਿਆ ਕੇ ਦੇਵਾਂਗੇ। ਬਾਕੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜਿੰਨੇ ਵੀ ਸਾਡੇ ਮੁਲਾਜ਼ਮ ਭਰਾ ਨੇ ਕਿ ਆਪਾਂ ਇਸ ਮਹਿਕਮੇ ਨੂੰ ਚਲਾਉਣ ਲਈ ਆਪਾਂ ਬਹੁਤਿਆਂ ਦੀਆਂ ਵੇਖਦੇ ਹਾਂ ਕਿਸੇ ਦੀ ਤੇਲ ਚੋਰੀ ਦੀ ਸ਼ਿਕਾਇਤ ਕਿਸੇ ਦੀ ਟਿਕਟਾਂ ਦੀ ਸ਼ਿਕਾਇਤ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਤੁਹਾਨੂੰ ਅਸੀਂ ਭਾਲ ਕਰੀਏ ਤੇ ਗਾਂ ਆਪਾਂ ਇਮਾਨਦਾਰੀ ਨਾਲ ਚੱਲੀਏ ਤੇ ਜਿਹੜੇ ਨੌਕਰੀ ਵੀ ਕਰਦੇ ਆ ਰੈਗੂਲਰ ਚੱਲ ਰਹੇ ਆ ਜਾਂ ਕੰਟਰੈਕਟ ਬੇਸ ਤੇ ਚੱਲ ਰਹੇ ਉਹਨਾਂ ਨੂੰ ਵੀ ਬੇਨਤੀ ਆ ਕਿ ਪੰਜਾਬ ਟਰਾਂਸਪੋਰਟ ਨੂੰ ਬਚਾਉਣ ਲਈ ਆਪਾਂ ਸਾਰੇ ਇਮਾਨਦਾਰ ਹੋ ਕੇ ਸਾਥ ਦੇਈਏ। ਜੇ ਇਹ ਟਰਾਂਸਪੋਰਟ ਮਹਿਕਮਾ ਟਰਾਂਸਪੋਰਟ ਮਹਿਕਮੇ ਦਾ ਮਾਲੀਆ ਰੈਵਨਿਊ ਵੱਧਦਾ ਤੇ ਅਸੀਂ ਵੀ ਕਿਤੇ ਨਾ ਕਿਤੇ ਜੇ ਕੋਈ ਕੰਟਰੈਕਟ ਬੇਸ ਤੇ ਹੋਵੇਗਾ ਉਹਦੀ ਵੀ ਤਨਖਾਹ ਵਧਾਉਣ ਬਾਰੇ ਸੋਚਾਂਗੇ। ਜਿਹੜੇ ਸਾਡੇ ਪੱਕੇ ਰੈਗੂਲਰ ਨੇ ਉਹਨਾਂ ਦੀਆਂ ਵੀ ਤਨਖਾਹਾਂ ਵਧਾਉਣ ਬਾਰੇ ਸੋਚਾਂਗੇ। ਪਰ ਜੇ ਸਾਡਾ ਮਹਿਕਮਾ ਸੈਂਕੜੇ ਕਰੋੜ ਘਾਟੇ ਵੱਲ ਜਾਂਦਾ ਰਿਹਾ ਤੇ ਇਹ ਮਹਿਕਮਾ ਵੇਖੋ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਡੁੱਬਣ 'ਚ ਕੋਈ ਕਸਰ ਨਹੀਂ ਛੱਡੀ ਕਿਉਂਕਿ ਟਰਾਂਸਪੋਰਟ ਮਾਫੀਆ 'ਚ ਕਿਤੇ ਨਾ ਕਿਤੇ ਪਹਿਲੀਆਂ ਸਰਕਾਰਾਂ ਦੇ ਸਾਬਕਾ ਮੰਤਰੀ ਮੁੱਖ ਮੰਤਰੀ ਜਿਹੜੇ ਸਾਬਕਾ ਨਾਣਾ ਲੱਗ ਗਿਆ ਉਹਨਾਂ ਨਾਲ ਹੀ ਪਰਿਵਾਰਾਂ ਦਾ ਦਰਦ ਵਾਰਿਆ ਆਪੇ ਸਰਕਾਰਾਂ 'ਚ ਰਹੇ ਆਪੇ ਕਾਨੂੰਨ ਬਣਾਉਂਦੇ ਰਹੇ ਜਿਹਦਾ ਕਰਕੇ ਸਾਡੇ ਮਾਲੀਏ ਨੂੰ ਜ਼ਿਆਦਾ ਚੂਨਾ ਲੱਗਦਾ ਰਿਹਾ। ਇਹ ਜਿਹੜਾ ਤੁਸੀਂ ਮਾਫੀਆ ਦੀ ਗੱਲ ਕੀਤੀ ਹੈ ਇੱਕ ਡਿਪਲੋਮੇਟੀ ਚੱਲਦੀ ਹੈ ਤੁਹਾਡੀ ਸਰਕਾਰ ਤੁਹਾਡੀ ਨਹੀਂ ਸੀ ਤੁਸੀਂ ਜਾਂਦੇ ਆ ਬਾਰ ਬਾਰ ਇੱਥੇ ਬੱਸਾਂ ਸਵਾਰੀ ਚੱਕਦੇ ਆ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਂਦੇ ਆ ਤੁਸੀਂ ਹੁਣ ਸਰਕਾਰ ਵਿੱਚ ਤੁਸੀਂ ਇੱਥੇ ਲੇਟੈਸਟ ਕੀ ਡਿਵੈਲਪਮੈਂਟ ਹੈ? ਦਿੱਲੀ ਏਅਰਪੋਰਟ ਤੇ ਬੱਸ ਜਾਏਗੀ ਤੇ ਪੰਜਾਬ 'ਚ ਜਿੱਦਾਂ ਉਹ ਸਵਾਰੀਆਂ ਚੱਕਦੇ ਨੇ ਉਹਨਾਂ ਕੋਲ ਪਰਮਿਟ ਨਹੀਂ ਹੈ। ਸਾਡੇ ਪੰਜਾਬ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਸੀਐਮ ਸਾਹਿਬ ਕੋਲ ਪਹੁੰਚ ਚੁੱਕੀਆਂ। ਸੀਐਮ ਸਾਹਿਬ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਵੀ ਪੰਜਾਬ ਬਾਰੇ ਸੰਸੀਅਰ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਕਰਪਸ਼ਨ ਤੋਂ ਭ੍ਰਿਸ਼ਟਾਚਾਰੀ ਤੋਂ ਮੁਕਤੀ ਮਿਲੇ ਤੇ ਜੋ ਵੀ ਪੰਜਾਬ ਦੇ ਹੱਕ ਹਕੂਕ ਹੋਣਗੇ ਉਹ ਵੀ ਉਹ ਇੱਥੋਂ ਬਾਰੇ ਸੋਚਣਗੇ ਤੇ ਅਸੀਂ ਵੀ ਲੈ ਕੇ ਆਵਾਂਗੇ ਜਲਦੀ ਉਹਦੇ ਤੇ ਵੀ ਵਿਚਾਰ ਚਰਚਾ ਹੋ ਕੇ ਅਸੀਂ ਵੀ ਜਲਦੀ ਲਾਗੂ ਕਰਾਂਗੇ। ਡਿਵੈਲਪਮੈਂਟ ਹੋਈ ਹੈ ਹਲੇ ਕਿ ਹਲੇ ਕੁਝ ਹਲੇ ਤੁਸੀਂ ਕਿਹਾ ਸੀ ਕਿ ਕੁਝ ਅਸੀਂ ਕਰਨ ਜਾ ਰਹੇ ਹਾਂ ਜਲਦੀ ਤੇ ਕੀ ਡਿਵੈਲਪਮੈਂਟ ਹੋਈ ਹੈ? ਕਰਾਂਗੇ ਤਕਰੀਬਨ ਵੇਖੋ ਆਨਲਾਈਨ ਕਰਾਂਗੇ ਤੇ ਤਾਂ ਹੀ ਸਾਰਾ ਭ੍ਰਿਸ਼ਟਾਚਾਰ ਨੂੰ ਠੱਲ ਪਵੇਗੀ। ਜਿਹੜੇ ਆਪਣੇ ਪਰਮਿਟ ਨੇ ਇੱਕ ਪਰਮਿਟ ਇੱਕ ਬੱਸ ਉਹ ਵੀ ਨੀਤੀ ਜਲਦ ਲਾਗੂ ਕਰਾਂਗੇ ਤੇ ਪਰਮਿਟ ਆਨਲਾਈਨ ਹੋਣਗੇ ਇਹ ਨਹੀਂ ਹੋਵੇਗਾ ਕਿ ਇੱਕ ਪਰਮਿਟ ਤੇ ਪੰਜ ਪੰਜ ਬੱਸਾਂ ਚੱਲੀ ਜਾਣ ਚਾਰ ਚਾਰ ਬੱਸਾਂ ਚੱਲੀ ਜਾਣ। ਏਅਰਪੋਰਟ ਜਾਂਦੇ ਸਵਾਰੀਆਂ ਜਲੰਧਰ ਤੋਂ ਅੰਮ੍ਰਿਤਸਰ ਦੇ ਵਿਚਕਾਰ ਚੱਕਦੇ ਤੁਸੀਂ ਹੁਣ ਸਰਕਾਰ ਚੱਕੇ ਕਿੰਨੇ ਚਲਾਨ ਕੀਤੇ ਉਹਨਾਂ ਦੀ ਬਾਦਲ ਦੀ ਬੱਸਾਂ? ਵੇਖੋ
अजे कुछ दिन ही होया एक महीने के लगभग होया ते पूरी असी छानबीन करके करांगे। ए नहीं कि जिवें राजे वड़ेंग ने पिछली बार जिहड़ा साबका मंत्री रहा उस परिवार दीआं बसां बंद कीतीआं ते हाई कोर्ट ने फिर चालू करतीआं ते लोकां वास्ते उह हासो ही ना बंदा रहा। पहलां ते बड़ा वधिया लगा कि बादल परिवार दीआं बसां बंद करतीआं पर जदों हाई कोर्ट ने चलाईआं ते उह बड़ा लोकां नूं होर तरह लगा। असीं जे किसे नूं हत्थ पावांगे ते पूरे पक्के तरीके नाल हत्थ पावांगे, बंद करांगे, फिर चलन नहीं दिंदे, पूरी कानूनी कार्रवाई करांगे। बड़े वड्डे वड्डे घरां दीआं बसां बंद कीतीआं ते आउण वाले दिनां 'च वी बंद होणगीआं, तुहानूं पता लग जाएगा। जे कोई नजायज़ इस तरह सवारी चुकेगा उत्ते बनदी कार्रवाई, भावें उह किसे वी परिवार नाल रिलेटड होवे। वेखो जे ਲੋਕਾਂ ਨੇ ਆਸ ਨਾਲ ਵੋਟ ਪਾਈ ਹੈ ਤੇ ਅਸੀਂ ਕਿਸੇ ਵੱਡੇ ਘਰਾਣੇ ਤੋਂ ਜਾਂ ਵੱਡੇ ਪਰਿਵਾਰ ਤੋਂ ਸਿਆਸੀ ਪਰਿਵਾਰ ਤੋਂ ਡਰਨ ਵਾਲੇ ਜਾਂ ਦੱਬਣ ਵਾਲੇ ਨਹੀਂ। ਅੱਜ ਜਦੋਂ ਦੀ ਕਾਰਵਾਈ ਸ਼ੁਰੂ ਹੋਈ ਹੈ ਬੜੇ ਵੱਡੇ ਵੱਡੇ ਪਰਿਵਾਰਾਂ ਦੇ ਮੈਨੂੰ ਫੋਨ ਆਏ ਆ ਜਿਹੜੇ ਵੱਡੇ ਘਰਾਣਿਆਂ ਦੇ ਤੇ ਮੈਂ ਅੱਗੋਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਤੇ ਨਾ ਵੇਖੋ ਸਾਨੂੰ ਜਵਾਬ ਦੇਣ ਦੀ ਲੋੜ ਹੈ ਕਿਉਂਕਿ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਉਹਨਾਂ ਸਿਆਸੀ ਘਰਾਂ ਦੇ ਨੁਮਾਇੰਦੇ ਨਹੀਂ। ਤੀਸਰਾ ਸਵਾਲ ਰਿਲੇਟਡ ਹੈ ਇਹ ਜਿਹੜੀ ਕਿਰਾਇਆ ਉਹ ਚਾਰਜ ਕਰਦੀ ਏਅਰਪੋਰਟ ਤੇ ਜਾਣ ਦਾ 2500 ਕਿ 2800 ਰੁਪਏ ਲੈਂਦੇ ਆ ਤੇ ਤੁਹਾਡੀ ਟਰਾਂਸਪੋਰਟ ਦੀ ਬੱਸ 800 ਰੁਪਏ ਜਾਂਦੀ ਹੈ ਦਿੱਲੀ ਦੇ ਏਅਰਪੋਰਟ ਤੋਂ ਬਾਹਰ। ਕੀ ਇਹ ਕੋਈ ਰੈਗੂਲੇਸ਼ਨ ਸਰਕਾਰ ਦੇ ਅੰਦਰ ਨਹੀਂ ਇਹਨਾਂ ਨਾਲ ਮਹਿੰਗਾ ਕਿਰਾਇਆ ਚਾਰਜ ਕਰਨਾ? ਵੇਖੋ ਇਹਨਾਂ ਰਾਈਆਂ ਤੋਂ ਲੈਂਦੇ ਤੁਹਾਡਾ ਸਬਜੈਕਟ ਤਾਂ ਬਿਲਕੁਲ ਇਹ ਹੈਗਾ ਤੇ ਨਜਾਇਜ਼ ਹੀ ਆ। ਮੈਂ ਕੀ ਕਿਹਾ ਵੀ ਕਾਨੂੰਨ ਵੀ ਇਹਨਾਂ ਦੇ, ਸਰਕਾਰਾਂ ਵੀ ਇਹਨਾਂ ਦੀਆਂ, ਆਪੇ ਸਭ ਕੁਝ ਬਣਾਈ ਗਏ ਤੇ ਕਾਰਵਾਈ ਕਿਹਨੇ ਕਰਨੀ ਹੁੰਦੀ ਜਿਹਦੀ ਸਰਕਾਰ ਹੋਵੇ? ਇਹਦੇ ਤੇ ਵਿਚਾਰ ਕਰਾਂਗੇ। ਜਿਹੜੀ ਤੁਸੀਂ ਗੱਲ ਕੀਤੀ ਬੜੀ ਡੂੰਘੀ ਗੱਲ ਆ ਕਿ 2500-2800 ਰੁਪਈਆ ਕਿਰਾਇਆ ਤੇ ਇੱਕ ਸਰਕਾਰੀ ਬੱਸ ਦਾ 800 ਰੁਪਈਆ, ਇਹਦੇ ਤੇ ਵਿਚਾਰ ਕਰਕੇ ਇਹਨਾਂ ਨੂੰ ਵੀ ਇਸੇ ਕਿਰਾਏ ਦੇ ਅਧੀਨ ਹੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਘੱਟ ਕਿਰਾਇਆ ਹੋਵੇਗਾ, ਇਹ ਨਹੀਂ ਕਿ ਇੱਕ ਪ੍ਰਾਈਵੇਟ ਘਰਾਣਾ ਉਹ ਲੁੱਟ ਕਰੀ ਜਾਵੇ। ਉਹ ਲੁੱਟ ਕਿਹਦੀ ਆ? ਪੰਜਾਬ ਦੇ ਲੋਕਾਂ ਦੀ, ਉਹ ਸਾਡੀ ਲੁੱਟ, ਸਾਡੇ ਹੀ ਭੈਣ ਭਰਾ ਨੇ ਤੇ ਖੂਨ ਪਸੀਨੇ ਦੀ ਕਮਾਈ ਜਿਹੜੀ ਲੋਕਾਂ ਦੀ ਇਹ ਲੁੱਟ ਕੇ ਲੈ ਗਏ ਆ। ਉਹ ਸਾਰਾ ਕੁਝ ਜਲਦ ਹੀ ਇਹਨਾਂ ਤੇ ਕਾਬੂ ਕਰਾਂਗੇ ਤੇ ਇਹਨਾਂ ਨੂੰ ਨਕੇਲ ਕੱਸ ਕੇ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਭੁੱਲੇ ਸਾਹਿਬ ਇੱਕ ਕਾਂਗਰਸ ਲੀਡਰ ਤੇ ਗਾਇਕ ਸਿੱਧੂ ਮੂਸੇਵਾਲਾ, ਉਹ ਅੱਜ ਨਵਾਂ ਇੱਕ ਉਹਨੇ ਗਾਣਾ ਕੱਢਿਆ, ਉਹ ਸਿੱਧੇ ਤੌਰ ਤੇ ਲੋਕਾਂ ਨੂੰ ਗਦਾਰ ਦੱਸਿਆ ਕਿ ਲੋਕਾਂ ਨੇ ਮੈਨੂੰ ਵੀ ਹਰਾਤਾ, ਕਹਿੰਦੇ ਕਿਸਾਨਾਂ ਨੂੰ ਵੀ ਹਰਾਤਾ, ਬੀਬੀ ਖਾਲੜਾ ਦਾ ਨਾਮ ਸਿੱਧੇ ਤੌਰ ਤੇ ਗਦਾਰ ਕਿਹਾ ਲੋਕਾਂ। ਦੇਖੋ ਜਿਹੜਾ ਪੰਜਾਬ ਦੀ ਸੰਗਤ ਨੇ ਫਤਵਾ ਦਿੱਤਾ, ਬੜੇ ਸਿਆਣੇ ਤੇ ਸੰਸੀਅਰ ਨੇ ਲੋਕ। ਜੇ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਬਾਰੇ ਸੋਚਿਆ ਤੇ ਲੋਕ ਵੀ ਸਿਆਣੇ ਨੇ ਕਿ ਦਿੱਲੀ 'ਚ ਜੇ ਚੰਗੇ ਕੰਮ ਹੋਏ ਇੱਥੇ ਵੀ ਚੰਗੇ ਹੋਣਗੇ। ਜਿਹੜੇ ਇੱਕ ਵਿਅਕਤੀ ਲੋਕਾਂ ਨੂੰ ਮਾੜਾ ਦੱਸ ਰਿਹਾ, ਮੈਨੂੰ ਲੱਗਦਾ ਉਹ ਦਿਮਾਗੀ ਸੰਤੁਲਨ ਵਿਗੜਨ ਦੀਆਂ ਨਿਸ਼ਾਨੀਆਂ ਨੇ। ਇੱਦਾਂ ਨਹੀਂ ਕਹਿਣਾ ਚਾਹੀਦਾ ਜੋ ਲੋਕਾਂ ਦਾ ਫਤਵਾ, ਵੇਖੋ ਵੱਡੇ ਵੱਡੇ ਲੀਡਰਾਂ ਨੇ ਸਵੀਕਾਰ ਕੀਤਾ, ਉਹਨਾਂ ਕਿਹਾ ਲੋਕਾਂ ਦਾ ਫਤਵਾ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਸੰਗਤ ਨੂੰ ਇਸ ਤਰ੍ਹਾਂ ਦੱਸ ਰਿਹਾ, ਮੈਨੂੰ ਨਹੀਂ ਲੱਗਦਾ ਕਿ ਉਹਦਾ ਦਿਮਾਗੀ ਸੰਤੁਲਨ ਬਿਲਕੁਲ ਠੀਕ ਹੋਵੇਗਾ। ਪਿਛਲੇ ਸਮੇਂ 'ਚ ਉਹਦੇ ਖਿਲਾਫ਼ ਇੱਕ ਕੇਸ ਦਰਜ ਹੋਇਆ ਸੀ ਜਿਹੜਾ ਫਾਇਲਿੰਗ ਕਰਨ ਦਾ, ਜਦਕਿ ਬਾਅਦ ਦੇ ਵਿੱਚ ਉਹ ਟਰਾਏ ਗਨ ਬਣ ਗਈ ਸੀਗੀ। ਕੀ ਤੁਸੀਂ ਉਸ ਕੇਸ ਨੂੰ ਰੀਓਪਨ ਕਰਵਾ ਕੇ ਉਹਦੀ ਦੁਬਾਰਾ ਜਾਂਚ ਹੋ ਸਕਦੀ ਹੈ ਤੇ ਕੀ ਵਾਕਈ ਉਹ ਟਰਾਏ ਗਨ ਸੀ ਜਾਂ ਫਿਰ ਉਹ ਪਿਛਲੀ ਸੱਤਾ ਦੇ ਵਿੱਚ ਨਜ਼ਦੀਕੀਆਂ ਦਾ ਫਾਇਦਾ ਚੁੱਕ ਕੇ ਬਾਹਰ ਆਇਆ? ਵੇਖੋ ਜਿਹੜੀਆਂ ਇਹ ਸਰਕਾਰਾਂ ਰਹੀਆਂ ਸਮੇਂ ਸਮੇਂ ਤੇ ਉਹ ਆਪਣਿਆਂ ਨੂੰ ਹੈਦੇ ਦਿੰਦੀਆਂ ਰਹੀਆਂ, ਭਾਵੇਂ ਉਹਨਾਂ ਗੋਲੀਆਂ ਚਲਾਈਆਂ ਜਾਂ ਕਬਜ਼ੇ ਕੀਤੇ, ਧੱਕੇਸ਼ਾਹੀਆਂ ਕੀਤੀਆਂ, ਲੈਂਡ ਮਾਫੀਆ, ਸੈਂਡ ਮਾਫੀਆ, ਉਹ ਸਾਰਾ ਕੁਝ ਇਹਨਾਂ ਦਾ ਹੀ ਚੱਲਦਾ ਰਿਹਾ। ਇਹ ਤੁਹਾਡੀ ਵਧੀਆ ਤੁਸੀਂ ਸਵਾਲ ਕੀਤਾ, ਵਾਕਈ ਉਹ ਵੀ ਇਨਕੁਆਇਰੀ ਕਰਾ ਕੇ ਰੀਓਪਨ ਕਰਾਂਗੇ ਕੇਸ ਵੀ। ਉਹਦੇ 'ਚ ਟਵਾਏ ਗਨ ਸੀ ਜਾਂ ਉਹ ਵਾਕਈ AK-47 ਸੀ ਜਿਹਦੇ ਨਾਲ ਗੋਲੀਆਂ ਚਲਾਈਆਂ ਗਈਆਂ? ਵੇਖੋ ਨਿਆਂ ਹੋਣਾ ਚਾਹੀਦਾ ਲੋਕਾਂ ਦੇ ਨਾਲ, ਜੇ ਕਿਸੇ ਨੇ ਸ਼ਿਕਾਇਤ ਕੀਤੀ ਆ ਤੇ ਉਹਦਾ ਕੇਸ ਦਾ ਨਿਪਟਾਰਾ ਵੀ ਹੋਵੇਗਾ। ਗਵਰਨਰ ਪੰਜਾਬ ਦਾ ਦੌਰਾ ਕਰ ਰਹੇ ਨੇ, ਬੇਸ਼ੱਕ ਫਾਜ਼ਿਲਕਾ ਦੌਰੇ ਤੇ ਮੁੱਖ ਮੰਤਰੀ ਨਾਲ ਸੀ, ਪਰ ਹੁਣ ਗੁਰਦਾਸਪੁਰ ਇਕੱਲੇ ਦੌਰਾ ਕਰ ਰਹੇ ਨੇ, ਉਸਨੂੰ ਲੈ ਕੇ ਵਿਰੋਧੀ ਸਿੱਧੇ ਤੌਰ ਤੇ ਸਵਾਲ ਚੁੱਕ ਰਹੇ ਨੇ। ਰਾਜਾ ਵੜਿੰਗ ਨੇ ਸਿੱਧਾ ਸਵਾਲ ਚੁੱਕਿਆ ਕਿ ਮੁੱਖ ਮੰਤਰੀ ਦਾ ਜਿਹੜਾ ਹੈਗਾ ਅਧਿਕਾਰ ਖੇਤਰ, ਪਰ ਗਵਰਨਰ ਇਹਨਾਂ ਚੀਜ਼ਾਂ ਵੱਲ? ਵੇਖੋ ਗਵਰਨਰ ਸਾਹਿਬ ਵੀ ਪੰਜਾਬ ਦੇ ਨੇ ਸਾਡੇ ਦੇ, ਤੇ ਇਹਦੇ 'ਚ ਤਾਂ ਕੋਈ ਸਵਾਲ ਨਹੀਂ ਚਾਹੀਦਾ। ਗਵਰਨਰ ਸਾਹਿਬ ਵੀ ਜਾ ਸਕਦੇ ਦੌਰੇ ਤੇ, ਕੋਈ ਇਹਦੇ 'ਚ ਇਸ਼ੂ ਨਹੀਂ ਬਣਦਾ। ਮੁੱਖ ਮੰਤਰੀ ਸਾਹਿਬ ਵੀ ਜਾਣ, ਗਵਰਨਰ ਸਾਹਿਬ ਵੀ ਜਾਣ। ਵੇਖੋ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਪ੍ਰੋਪੋਗੈਂਡੇ ਕਰਨਾ, ਤੇ ਇਹ ਪ੍ਰੋਪੋਗੈਂਡੇ ਸ਼ੁਰੂ ਤੋਂ ਕਰਦੇ ਰਹੇ ਆ, ਅੱਜ ਵੀ ਕਰ ਰਹੇ ਆ। ਕੇਜਰੀਵਾਲ ਹੋਰਾਂ ਨੇ ਇੱਕ ਮੀਟਿੰਗ ਕੀਤੀ ਦਿੱਲੀ ਦੇ ਵਿੱਚ, ਉਹ ਲੈ ਕੇ ਵੀ ਬੜਾ ਸਵਾਲ ਉੱਠਿਆ ਕਿ ਪੰਜਾਬ ਦੇ ਮੁੱਖ ਮੰਤਰੀ 11 ਵਜੇ ਦੇ ਵਿੱਚ ਪੰਜਾਬ ਦੇ ਚੀਫ ਸੈਕਟਰੀ ਤੇ ਬਿਜਲੀ ਬੋਰਡ ਦੇ ਮੀਟਿੰਗ ਕੀਤੀ, ਉਹਨੂੰ ਲੈ ਕੇ ਸਵਾਲ ਚੁੱਕਿਆ। ਵੇਖੋ ਇਹ ਮੇਰੀ ਨੌਲੇਜ 'ਚ ਨਹੀਂ ਮੀਟਿੰਗ ਹੋਈ ਆ, ਪਰ ਬਾਕੀ ਵੇਖੋ ਸਾਡੇ ਨੈਸ਼ਨਲ ਕਨਵੀਨਰ ਨੇ, ਆਮ ਆਦਮੀ ਪਾਰਟੀ ਦੇ ਸਾਡੇ ਪੂਰੇ ਹਿੰਦੁਸਤਾਨ ਦੇ ਕਨਵੀਨਰ ਨੇ, ਤੇ ਜੇ ਕੋਈ ਮੀਟਿੰਗ ਹੋਈ ਵੀ ਆ ਤਾਂ ਕੋਈ ਇੱਡੀ ਵੱਡੀ ਗੱਲ ਨਹੀਂ, ਅਫਸਰ ਵੀ ਜਾ ਕੇ ਮੀਟਿੰਗ ਕਰ ਸਕਦੇ ਆ। ਬਾਕੀ ਕੋਈ ਇਹਦੇ 'ਚ ਕੋਈ ਮਾੜੀ ਨਿੰਦਣਯੋਗ ਗੱਲ ਨਹੀਂ। ਮੁੱਖ ਮੰਤਰੀ ਨੂੰ ਮਿਲਦੀਆਂ ਸੀ, ਲੇਕਿਨ ਹੁਣ ਇੱਕ ਕਿਹਾ ਗਿਆ ਨੋਡਲ ਆਫੀਸਰ ਲਗਾਇਆ ਜਾਏਗਾ, ਪਾਵਰ ਸੈਂਟਰ ਤੁਸੀਂ ਮੰਨਦੇ ਹੋ ਕਿ ਕੀਤਾ ਜਾ ਰਿਹਾ ਇੱਕ ਤਰੀਕੇ ਨਾਲ ਕਿ ਸਾਰਾ ਕੁਝ ਜਿਹੜਾ ਡੀਸੀ ਤੋਂ ਵੀ ਪਾਵਰਾਂ ਖੋਈਆਂ ਜਾ ਰਹੀਆਂ?
देखो किसी भी अफसर तो ना तो सरकार ने पावर खोनी है, ये लोगों की सहूलत वास्ते ही काम होने हैं। जेडे लोगों की सुनवाई नहीं सी होंगी, जेडे लोगों न्याय नहीं सी मिलता, जोक सहूलत गरीबा तक नहीं सन पहुंचा, जेडे लोड़वंद ने रह जाते हैं, जेडे चेते सरकार सारिया सहूलत लै जाए। जो दफ्तर खुल रहे ने लोग राय में वेख के खुल रहे ने, लोगों दिन सहूलत वास्ते खुल रहे ने। आम आदमी पार्टी आम लोगों की पार्टी, आम लोगों की सरकार बनी है ते आम लोगों वास्ते काम। एक सवाल है, आपने